ਅਸਲਾਮ ਵਾਲੇਕੁਮ, ਵੈਲਕਮ ਟੂ ਨਿਊ ਵਲੌਗ। ਵਿਊਵਰਸ, ਅੱਜ ਅਸੀਂ ਆਏ ਹਾਂ ਤਾਂਦਲਿਆਂ ਵਾਲਾ ਸ਼ਹਿਰ 423 ਪਿੰਡ 'ਚ। ਪਿੰਡ ਦਾ ਨਾਮ ਹੈ ਜੀ ਗਾਬੇ, ਅਤੇ ਇਹ ਆਪਣਾ ਜਿਹੜੇ ਮੁੰਡੇ ਹੈਗੇ ਆ ਫੈਸਲਾਬਾਦ ਤੋਂ ਆਏ ਮੇਰੇ ਨਾਲ। ਸਫ਼ਰ ਅਸੀਂ ਕੀਤਾ ਜਨਾਬ 50 ਕਿਲੋਮੀਟਰ, ਅਤੇ ਇੱਥੇ ਆ ਕੇ ਥੱਕ ਗਏ ਆ। ਅੱਗੇ ਹਿਸਾਬ ਲਾਓ ਵੀ ਇਹਨਾਂ ਨੇ ਅੱਗੇ ਕੀ ਕਰਨਾ। ਖਾਧੀਆਂ ਖੁਰਾਕਾਂ ਕੰਮ ਆਉਂਦੀਆਂ, ਇਹਨਾਂ ਨੇ ਲੱਗਦਾ ਖੁਰਾਕਾਂ ਨਹੀਂ ਖਾਧੀਆਂ। ਇਹ ਮੁੰਡਾ ਜਿਹੜਾ ਆਪਣਾ ਨਵਾਂ ਭਰਤੀ ਹੋ ਗਿਆ ਵਾ ਵਲੌਗ ਦੇ ਵਿੱਚ, ਠੀਕ ਹੈ, ਅਤੇ ਇਨਸ਼ਾਅੱਲਾ ਤਾਲਾ ਇਹ ਵੀ ਆਪਣੇ ਨਾਲ ਅੱਗੇ ਨੈਕਸਟ ਵਲੌਗ ਦੇ ਵਿੱਚ ਆਇਆ ਕਰੇਗਾ। ਅਤੇ ਇਹ ਕਹਿੰਦਾ ਸੀ ਉਸਤਾਦ ਜੀ ਸਾਡਾ ਵੀ ਵਲੌਗ ਜਿਹੜਾ ਨਾ ਉਹ ਸਾਨੂੰ ਵੀ ਲਿਆਓ ਤਾਂ ਕਿ ਅਸੀਂ ਤੁਹਾਡੇ ਨਾਲ ਜੁੜੀਏ। ਮੈਂ ਕਿਹਾ ਠੀਕ ਹੋ ਗਿਆ। ਹੋਰ ਵਿਊਵਰਸ, ਅੱਜ ਈਦ ਦਾ ਦੂਸਰਾ ਦਿਨ, ਦੂਸਰਾ ਦਿਹਾੜਾ, ਅਤੇ ਮਾਸ਼ਾਅੱਲਾ ਬਹੁਤ ਅੱਛਾ ਦਿਨ ਗਿਆ ਵਾ। ਅਤੇ ਤੁਸੀਂ ਵੀ ਮੈਨੂੰ ਜ਼ਰੂਰ ਦੱਸਣਾ ਵਾ ਕਿ ਤੁਹਾਡਾ ਈਦ ਦਾ ਦੂਸਰਾ ਦਿਹਾੜਾ ਕਿਸ ਤਰ੍ਹਾਂ ਦਾ ਗੁਜ਼ਰ ਰਿਹਾ। ਮੇਰਾ ਤਾਂ ਵੇਖੋ ਆ ਕਬੱਡੀ ਵਾਲੇ ਗ੍ਰੇਟ, ਅਤੇ ਹੁਣ ਉਹਦੀਆਂ ਤੁਸੀਂ ਸੁਣ ਲਓ ਚਬਲਾਂ ਇਹ ਕੀ ਕਹਿਣ ਦਿਆ। ਅਸੀਂ ਹੁਣ ਨਾ ਇੱਥੇ ਤਕਰੀਬਨ ਘੰਟਾ ਕੁ ਸਾਨੂੰ ਲੱਗਣਾ ਵਾ, ਅਸੀਂ ਮੈਚ ਮੂਚ ਖੇਲਣ ਤੋਂ ਬਾਅਦ, ਕਰਾਉਣ ਤੋਂ ਬਾਅਦ ਅਸੀਂ ਫਿਰ ਫੈਸਲਾਬਾਦ ਰਵਾਨੀ ਹੋ ਜਾਣੀ ਤਾਂ ਸਾਡੀ, ਠੀਕ ਹੈ, ਏਅਰਪੋਰਟ ਤੋਂ ਬਹਿ ਜਾਣਾ ਮਤਲਬ, ਠੀਕ ਹੈ। ਉਸ ਤੋਂ ਬਾਅਦ ਅਸੀਂ ਕੱਲ੍ਹ ਨੂੰ ਸਾਡਾ ਫਿਰ ਨੈਕਸਟ ਹੈਗਾ ਵਾ ਪਲੈਨ ਉੱਥੇ ਫੈਸਲਾਬਾਦ ਦਾ, ਉੱਥੇ ਅਸੀਂ ਮੈਚ ਵਗੈਰਾ ਖੇਲਣੇ ਆ, ਕਰਾਉਣੇ ਆ, ਅਤੇ ਬਾਕੀ ਤੁਹਾਨੂੰ ਉੱਥੇ ਮਿਲਾਂਗੇ, ਠੀਕ ਹੈ। ਅਤੇ ਉਸ ਦੇ ਨਾਲ ਹੀ ਲਓ ਜੀ ਵਿਊਵਰਸ, ਉਮਰ ਯਾਤ ਆ ਸਾਡੇ ਨਾਲ ਆਇਆ ਵਾ ਫੈਸਲਾਬਾਦ ਹੋਏ ਵੀ, ਇਹ ਵਿਚਾਰਾ ਥੱਕ ਗਿਆ, ਬੋਰ ਹੋ ਗਿਆ ਬਹਿ ਬਹਿ ਕੇ। 5 ਵਜੇ ਦੇ ਆਏ ਹਾਂ ਅਤੇ ਮਾਸ਼ਾਅੱਲਾ 9 ਵੱਜ ਗਏ ਆ, ਮੈਚ ਨਹੀਂ ਹੋਣ ਦਿਆ। ਹੁਣ ਸਾਡਾ ਜਿਹੜਾ ਨਾ ਲੱਤਾਂ ਨੇ ਵੀ ਮੋਏ ਮੋਏ ਪ੍ਰੋਗਰਾਮ ਜਿਹੜਾ ਨਾ ਵੜਿਆ ਹੋਇਆ ਇਸ ਟਾਈਮ, ਸਾਡਾ ਫੁੱਲੀ ਪ੍ਰੋਗਰਾਮ ਜਿਹੜਾ ਨਾ ਫੁੱਲ ਇਸ ਟਾਈਮ ਖਤਮ ਹੋਣ ਵਾਲਾ ਵਾ, ਬੈਟਰੀ ਵੀ ਡੈਡ ਹੋਣ ਵਾਲੀ ਆਪਣੀ ਲੱਤਾਂ ਦੀ। ਅਤੇ ਆਹ ਮੁੰਡਾ ਜਿਹੜਾ ਵਾ ਇਹਨੂੰ ਵੀ ਭੁੱਖ ਬਹੁਤ ਲੱਗੀ ਆ, ਅਤੇ ਹੁਣ ਅਸੀਂ ਚੱਲੇ ਹਾਂ ਬਾਹਰ ਕਿਤੇ ਪਿੰਡ ਲੱਭਦੇ ਹਾਂ ਕੋਈ ਲੰਗਰ ਲੁੰਗਰ, ਇੱਥੇ ਪਿੰਡ ਵਾਲੇ ਵੀ ਭੁੱਖ। ਲਓ ਜੀ, ਲਓ ਜੀ ਇਹ ਬੱਸ ਆ, ਕਮੈਂਟੇਟਰ ਇੰਟਰਨੈਸ਼ਨਲ। ਅੱਛਾ ਅੱਛਾ, ਦੱਸ ਕਿੱਥੇ ਆਇਆ ਵਾ? ਅੱਜ ਆਪਾਂ ਇਹ 400 ਕਰਕੇ ਹੁਣ ਅਸੀਂ ਚੱਲੇ ਹਾਂ ਪਿੰਡ, ਕੁਛ ਖਾ ਪੀ ਕੇ ਆਉਂਦੇ ਹਾਂ, ਫਿਰ ਤੁਹਾਨੂੰ ਮੈਚ ਦੀ ਤੁਹਾਨੂੰ ਦਿਖਾਉਂਦੇ ਹਾਂ ਜਿਹੜੀ ਕਿੰਨੇ ਹਿਸਾਬ ਕਿਤਾਬ ਤੁਰਦੇ ਆ। ਆਹ ਵੇਖੋ ਜੀ, ਆਹ ਮੁੰਡਾ ਆਪਣਾ ਆਇਆ ਸੀ ਸਫ਼ਰ ਕਰਕੇ। ਸਫ਼ਰ 'ਚ ਤਾਂ ਗੱਡੀ ਇੰਝ ਭਜਾ ਰਿਹਾ ਸੀ ਜਿਵੇਂ ਫਲੈਟ ਛੁੱਟ ਜਾਣੀ ਆ, ਇੱਥੇ ਆ ਕੇ 4 ਘੰਟੇ ਹੋ ਗਏ ਬੈਠੇ ਆ। ਮਾਈ ਸਵੀਟ ਖਾਣੀ, ਉਹ ਕਦੋਂ ਖਾਣੀ? ਉਹ ਹੁਣ ਸਵੇਰੇ ਖਾਵਾਂਗੇ, ਇੱਥੇ ਨਹੀਂ ਤੈਨੂੰ ਲੈ ਕੇ ਨਹੀਂ ਜਾ ਕੇ। ਉਹ ਹੁਣ ਖੁੱਲੀ ਹੋਊਗੀ? ਹੈਂ, ਖੁੱਲੀ ਹੁੰਦੀ ਆ ਦੁਕਾਨ? ਮੈਂ ਜਾਣੀ ਕਿ ਜੱਟ ਨਾ ਬਾਹਰ ਬਲੈਡ ਲੈਣ ਮੈਂ ਹੀ ਜਾਣੀ ਛੱਤ ਮਾਰ।